ਮੈਂ ਵੀਰ ਜੀ ਅੰਮ੍ਰਿਤਸਰ ਗੰਡਨ ਸਿੰਘ ਕਲੋਨੀ ਤਰਨ ਤਾਰਨ ਰੋਡ ਦਾ ਰਹਿਣ ਵਾਲਾ ਹਾਂ ਵੀਰ ਜੀ। ਕੀ ਹੁਨਰ ਆ ਤੁਹਾਡਾ? ਮੇਰੇ ਕੋਲ ਹੁਨਰ ਹੈ ਕਿ ਮੈਂ ਬਾਣੀ ਚੌਲਾਂ ਦੇ ਦਾਣੇ ਦੇ ਉੱਤੇ, ਤਿਲ ਦੇ ਦਾਣਿਆਂ ਦੇ ਉੱਪਰ, ਛੋਲਿਆਂ ਦੀ ਦਾਲ ਦੇ ਦਾਣੇ ਉੱਪਰ, ਰਾਜਮਾਂਹ ਦੇ ਦਾਣੇ ਦੇ ਉੱਪਰ ਅਤੇ ਇਮਲੀ ਦੀ ਗਿਟਕੀ ਦੇ ਉੱਪਰ ਸੰਖੇਪ ਜੀਵਨੀਆਂ ਲਿਖ ਦਿੱਤੀਆਂ ਮਹਾਰਾਜ ਦੀਆਂ, ਸਰੂਪ ਬਣਾ ਦਿੱਤੇ ਮਹਾਰਾਜ ਦੇ, ਸ਼ਬਦ ਲਿਖ ਦਿੱਤੇ ਆ, ਇਹ ਚੀਜ਼ਾਂ ਮੈਂ ਬਣਾਈਆਂ ਨੇ ਜੀ। ਦੇਖੋ ਜੀ, ਗੁਰੂ ਨਾਨਕ ਦੀ ਫੋਟੋ ਜਿਹੜੀ ਹੈ ਮੈਂ ਚੌਲ ਦੇ ਦਾਣੇ 'ਤੇ ਬਣਾਈ ਹੈ। ਦਸਾਂ ਗੁਰੂਆਂ ਜਿਹੜੇ ਸਰੂਪ ਨੇ ਉਹ ਮੈਂ ਤਿਲ ਦੇ ਦਾਣੇ 'ਤੇ ਬਣਾਏ ਆ। ਬਾਬੇ ਨਾਨਕ ਦੀ ਫੋਟੋ ਮੈਂ ਤਿਲ ਦੇ ਦਾਣੇ 'ਤੇ ਬਣਾਈ ਹੈ, ਪਹਿਲਾਂ ਚੌਲ 'ਤੇ ਸੀ ਫਿਰ ਹੁਣ ਤਿਲ ਦੇ ਦਾਣੇ 'ਤੇ ਵੀ ਬਣਾਈ ਹੈ। ਅਤੇ ਇੰਡੀਆ ਦਾ ਨਕਸ਼ਾ ਜਿਹੜਾ ਉਹ ਤਿਲ ਦੇ ਦਾਣੇ 'ਤੇ ਬਣਾਇਆ ਵਾ। ਦਰਬਾਰ ਸਾਹਿਬ ਦੀ ਫੋਟੋ ਮੈਂ ਤਿਲ ਦੇ ਦਾਣੇ 'ਤੇ ਬਣਾਈ ਹੈ। ਗੁਰੂ ਅਰਜਨ ਦੀ ਤਸਵੀਰ ਤੱਤੀਆਂ ਲੋਹਾਂ 'ਤੇ ਬੈਠੇ ਨੇ, ਉਹ ਰਾਜਮਾਂਹ ਦੇ ਦਾਣੇ ਦੇ ਉੱਤੇ ਆ, ਅਤੇ ਸੰਖੇਪ ਜੀਵਨੀ ਉਹਨਾਂ ਦੀ ਇਮਲੀ ਦੀ ਗਿਟਕੀ ਦੇ ਉੱਪਰ ਹੈ। ਦਸਾਂ ਗੁਰੂਆਂ ਦੀਆਂ ਜਿਹੜੇ ਸੰਖੇਪ ਜੀਵਨੀਆਂ ਨੇ ਉਹ ਵੱਖ ਵੱਖ ਦਾਣੇ ਇਮਲੀਆਂ ਦੇ ਉਹਦੇ ਉੱਪਰ ਬਣਾਏ ਨੇ, ਅਤੇ ਕਾਫੀ ਸ਼ਬਦ ਨੇ ਜਿਹੜੇ ਜਿਹੜੇ ਮੈਂ ਰਾਜਮਾਂਹ ਦੇ ਦਾਣੇ ਉੱਪਰ ਬਣਾਏ ਨੇ। ਅਤੇ ਕਿਵੇਂ ਹੁਨਰ ਆਇਆ ਤੁਹਾਡੇ? ਇਹ ਵੀ ਇਹ ਜਿਹੜਾ ਜਿਹੜਾ ਹੁਨਰ ਹੈ ਵੀਰ ਜੀ ਉਹ ਰੱਬੀ ਦਾਤ ਆ, ਇਹ ਰੱਬ ਨੇ ਮੈਨੂੰ ਇਹ ਦਾਤ ਦਿੱਤੀ ਹੈ। ਅਤੇ ਮੈਂ ਤਾਂ ਅੱਜ ਵੀ ਮੇਰੇ ਮੰਨਣ ਯੋਗ ਨਹੀਂ ਕਿ ਮੈਂ ਜਿਹੜੀਆਂ ਚੀਜ਼ਾਂ ਮੈਂ ਜਿਹੜੀਆਂ ਵਿਲੱਖਣ ਜਿਹੜੀਆਂ ਚੀਜ਼ਾਂ ਨੇ ਮੈਂ ਬਣਾਉਂਦਾ ਵਾਂ ਕਿ ਮੈਂ ਬਣਾਈਆਂ ਨੇ, ਇਹ ਮੈਨੂੰ ਨਹੀਂ ਪਤਾ, ਉਹ ਮਾਲਕ ਸਾਡੇ ਕੋਲ ਬਣਵਾਈ ਜਾਂਦਾ ਅਤੇ ਮੈਂ ਬਣਾਈ ਜਾਂਦਾ। ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਕਿਹੜੀਆਂ ਚੀਜ਼ਾਂ ਬਣਾਈਆਂ? ਮੈਂ ਆਪਣੇ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਪਾਲਕੀ ਸਾਹਿਬ ਬਣਾਇਆ, ਦਰਬਾਰ ਸਾਹਿਬ ਦਾ ਮਾਡਲ ਬਣਾਇਆ ਸੀਗਾ, ਉਸ ਤੋਂ ਬਾਅਦ ਛੋਟੀ ਤੋਂ ਛੋਟੀ ਪਾਲਕੀ ਸਾਹਿਬ ਬਣਾਈ, ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਨੂੰ ਜਦੋਂ ਆਰਿਆਂ ਨੇ ਚੀਰਿਆ ਗਿਆ ਸੀਗਾ, ਇਹ ਉਹੀ ਮਾਡਲ ਬਣਾਇਆ ਆਰੇ ਦਾ। ਉਹ ਜਿਵੇਂ ਦੱਸਦੇ ਨੇ ਕਿ ਜਿਵੇਂ ਚਰਖੜੀਆਂ ਬਣਾਈਆਂ ਨੇ, ਆ ਚਰਖੜੀਆਂ ਵਰਕ ਕਰਦੀਆਂ ਉਸੇ ਤਰ੍ਹਾਂ ਹੀ ਹੈ, ਇਹ ਕੰਮ ਆ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਛੋਟੀਆਂ ਪਾਲਕੀ ਸਾਹਿਬ ਬਣਾਈਆਂ ਨੇ, ਠੀਕ ਹੈ ਜੀ, ਇਹੋ ਚੀਜ਼ਾਂ ਬਣਾਈਆਂ ਜਿਹੜੀਆਂ ਸਿੱਖ ਧਿਆਨ ਨਾਲ ਜੁੜਦੀਆਂ ਨੇ। ਬੋਤਲਾਂ ਦੇ ਵਿੱਚ ਵੀਰ ਜੀ ਮੈਂ ਗੱਡਾ ਬਣਾ ਦਿੱਤਾ, ਬੋਤਲ ਦੇ ਵਿੱਚ ਮੈਂ ਮਾਚਿਸ ਦੀ ਤੀਲੀ ਪਾ ਦਿੱਤੀ ਹੈ, ਡੱਬੀ ਪੂਰੀ ਦੀ ਪੂਰੀ ਪਾ ਦਿੱਤੀ ਹੈ, ਗੱਡਾ ਬਣਾ ਦਿੱਤਾ, ਬੇੜੀ ਬਣਾ ਦਿੱਤੀ ਹੈ, ਕੁਰਸੀ ਬਣਾ ਦਿੱਤੀ ਹੈ, ਮੇਜ਼ ਬਣਾ ਦਿੱਤੇ ਨੇ, ਝੌਂਪੜੀ ਬਣਾ ਦਿੱਤੀ ਹੈ, ਆਹ ਚੀਜ਼ਾਂ ਮੈਂ ਬੋਤਲਾਂ 'ਚ ਬਣਾਈਆਂ। ਨਾਲ ਮੈਂ ਲੈਮਨ ਦੀ ਬੋਤਲ ਦੇ ਵਿੱਚ 1800 ਫੁੱਟ ਦੀ ਰੀੜ ਪੂਰੀ ਬਣਾ ਦਿੱਤੀ ਹੈ। ਨਾ ਨਾ ਵੀਰ ਜੀ, ਤੋੜਨ ਵਾਲਾ ਕੰਮ ਹੀ ਕੋਈ ਨਹੀਂ, ਜੇ ਤੋੜ ਕੇ ਆਪਾਂ ਉਸੇ ਤਰ੍ਹਾਂ ਬਣਾ ਦਈਏ ਤਾਂ ਫਿਰ ਕਲਾਕਾਰੀ ਬੋਤਲ ਜੋੜਨ ਦੇ ਵਿੱਚ ਆ, ਕੋਈ ਚੀਜ਼ ਬਣਾਉਣ ਦੇ ਵਿੱਚ ਨਹੀਂ ਗੀ। ਇਹ ਦੇਖੋ ਜੀ, ਹਰ ਇੱਕ ਬੰਦੇ ਦੇ ਮਨ ਦੇ ਵਿੱਚ ਜਾਂ ਜਹਿਨ ਦੇ ਵਿੱਚ ਇੱਕ ਕਲਾਕਾਰ ਹੁੰਦਾ ਹੈ, ਉਹ ਕਿਸੇ ਦਾ ਪਹਿਲਾਂ ਜਾਗਦਾ, ਕਿਸੇ ਦਾ ਬਾਅਦ 'ਚ ਜਾਗਦਾ। ਮੇਰੇ ਮਨ 'ਚ ਵਿਚਾਰ ਸੀਗਾ ਕਿ ਮੈਂ ਕੁਝ ਨਾ ਕੁਝ ਵੱਖਰਾ ਕਰਾਂ, ਅਤੇ ਮੇਰੇ ਮਨ 'ਚ ਖਿਆਲ ਆ ਗਿਆ ਕਿਉਂਕਿ ਹੁਣ ਮੈਂ ਚੌਲਾਂ ਦੇ ਉੱਪਰ ਵਰਕ ਕਰਨਾ ਸ਼ੁਰੂ ਕਰਦੇ ਹਾਂ, ਹੁਣ ਮੈਂ 550 ਅੱਖਰ ਅੰਗਰੇਜ਼ੀ ਦਾ ਮੈਂ ਚੌਲ ਦੇ ਦਾਣੇ 'ਤੇ ਲਿਖ ਲੈਂਦਾ ਹਾਂ। ਪਹਿਲੇ ਜਿਹੜੇ ਵਰਡ ਲਿਖੇ ਸੀ, ਕਿੰਨੇ ਵਰਡ ਸੀ ਅਤੇ ਹੁਣ ਕਿੰਨੇ ਵਰਡ ਲਿਖੇ? ਦੇਖੋ, ਜਦੋਂ ਮੈਂ ਲਿਖਣੇ ਸ਼ੁਰੂ ਕੀਤੇ ਸਾਰਿਆਂ ਨਾਲ ਪਹਿਲਾਂ ਮੇਰੇ 4 ਅੱਖਰ ਸਨ, ਗੁਰਮੀਤ ਮੇਰਾ ਨਾਂ ਹੈ, GUR M, 4 ਮੈਂ ਅੱਖਰ ਲਿਖੇ ਸੀ ਸਾਰਿਆਂ ਨਾਲ ਪਹਿਲਾਂ। ਉਸ ਤੋਂ ਬਾਅਦ ਮੈਂ 26 ਅੱਖਰ ਲਿਖੇ, ਫਿਰ ਮੈਂ 100 ਅੱਖਰ ਲਿਖੇ ਆ, ਉਸ ਤੋਂ ਬਾਅਦ 500 ਅੱਖਰ ਲਿਖੇ ਆ, ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਹੀ 550 ਅੱਖਰ ਇਸ ਟਾਈਮ ਮੈਂ ਅੰਗਰੇਜ਼ੀ ਦਾ ਲਿਖ ਲੈਂਦਾ ਹਾਂ। ਤੁਹਾਡੇ ਜਿਹੀਆਂ ਇਸ ਤਰ੍ਹਾਂ ਦੀਆਂ ਚੌਲਾਂ ਦੇ ਉੱਪਰ ਹੋਰ ਵੀ ਕਿਸੇ ਨੇ ਸਰੂਪ ਬਣਾਏ ਨੇ ਬਾਬਾ ਜੀ ਦੇ ਜਾਂ ਤੁਸੀਂ ਬਣਾ ਲਏ? ਨਹੀਂ ਨਹੀਂ ਭਾਈ ਸਾਹਿਬ ਜੀ, ਕਿਸੇ ਨੇ ਨਹੀਂ ਬਣਾਏ, 40-45 ਸਾਲ ਮੇਰੀ ਉਮਰ ਹੋ ਗਈ ਹੈ, ਅਤੇ ਮੈਂ ਨਹੀਂ ਕੋਈ ਦੇਖਿਆ ਕਿ ਕਿਸੇ ਨੇ ਸਰੂਪ ਮਹਾਰਾਜ ਦੇ ਜਾਂ ਬਾਣੀ ਚੌਲਾਂ ਦੇ ਉੱਪਰ, ਇਮਲੀ ਦੀ ਗਿਟਕ ਦੇ ਉੱਪਰ, ਛੋਲਿਆਂ ਦੇ ਦਾਣੇ ਦੇ ਉੱਪਰ, ਤਿਲਾਂ ਦੇ ਉੱਪਰ ਬਣਾਈ ਹੋਵੇ। ਮਾਨ ਸਨਮਾਨ ਕਿੰਨਾ ਮਿਲਿਆ? ਮਾਨ ਸਨਮਾਨ ਬਹੁਤ ਜ਼ਿਆਦਾ ਮਿਲਿਆ ਜੀ, ਠੀਕ ਹੈ ਜੀ, ਮਾਨ ਸਨਮਾਨ ਵਾਲੇ ਪਾਸੋਂ ਕੋਈ ਕਮੀ ਨਹੀਂ ਰਹੀ। ਜਿਸ ਅਦਾਰੇ ਕੋਲ ਗਿਆ ਵਾਂ, SGPC ਵਾਲੇ ਕੋਲ ਗਿਆ ਵਾਂ ਜਾਂ ਕਿਸੇ ਹੋਰ ਸੰਸਥਾਵਾਂ ਕੋਲ ਗਿਆ, ਅਤੇ ਕਿਸੇ ਨੇ ਮੈਨੂੰ ਸਰੋਪਾ ਨਹੀਂ ਦਿੱਤਾ। ਸਰੋਪਾ ਮੈਨੂੰ 3-4 ਜਗ੍ਹਾ ਤੋਂ ਮਿਲਿਆ, ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ। ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ,
ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ, ਭਾਈ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਭਾਈ ਈਸ਼ਰ ਸਿੰਘ ਜੀ ਮਹਿਤੇ ਟਕਸਾਲ ਵਾਲੇ, ਇਹਨਾਂ ਨੇ ਮੈਨੂੰ ਮਾਣ ਸਨਮਾਨ ਦਿੱਤਾ ਆ। ਇਹ ਹੁਣ ਇਹ ਸਵਾਲ ਉਹਨਾਂ ਦਾ ਆ ਕਿ ਉਹਨਾਂ ਨੇ ਮੈਨੂੰ ਕਿਉਂ ਨਹੀਂ ਦਿੱਤਾ। ਗਿਆ ਮੈਂ ਜ਼ਰੂਰ ਹਾਂ, ਮੈਂ ਜਿਹੜੀ ਗੱਲ ਕਰ ਰਿਹਾ ਅੱਜ ਉਹ 10 ਸਾਲ ਪੁਰਾਣੀ ਕਰ ਰਿਹਾ, ਮੈਂ ਗਿਆ ਜ਼ਰੂਰ ਹਾਂ, ਪਰ ਉਹਨਾਂ ਨੇ ਮੈਨੂੰ ਮਾਣ ਸਨਮਾਨ ਕੋਈ ਨਹੀਂ ਦਿੱਤਾ। ਅਤੇ ਜਿਹੜੀ ਮੈਂ ਮੇਰੇ ਮਾਣ ਸਨਮਾਨ ਦੀ ਗੱਲ ਆਉਂਦੀ ਹੈ ਉਹ ਸਿਰਫ ਇੱਕ ਸਰੋਪੇ ਦੀ ਮੈਂ ਗੱਲ ਕਰ ਰਿਹਾ, ਕਿਸੇ ਹੋਰ ਮਾਣ ਸਨਮਾਨ ਵਾਲੇ ਪਾਸੇ ਨਹੀਂ ਸੋਚਣਾ ਤੁਸੀਂ। ਬਿਲਕੁਲ ਜੀ, ਉਸੇ ਸੰਬੰਧ ਦੇ ਵਿੱਚ ਮੈਂ ਐਗਜੀਪੀਸੀ ਕੋਲ ਗਿਆ ਸੀਗਾ ਕਿ ਮੈਂ ਸਮਾਨ ਬਣਾਇਆ, ਇਹਨੂੰ ਚੈੱਕ ਕਰੋ, ਜਿਹੜੇ ਮੈਂ ਸ਼ਬਦ ਲਿਖੇ ਹੁੰਦੇ ਆ ਸਿਹਾਰੀਆਂ ਬਿਹਾਰੀਆਂ ਵੀ ਚੈੱਕ ਕਰੋ, ਜਿਹੜੇ ਮੈਂ ਤਸਵੀਰਾਂ ਬਣਾਈਆਂ ਨੇ ਉਹਨਾਂ ਦਾ ਸਰੂਪ ਚੈੱਕ ਕਰੋ, ਜੇ ਤਾਂ ਰੱਖਣ ਯੋਗ ਆ ਤਾਂ ਤੁਸੀਂ ਰੱਖ ਦਿਓ, ਜੇ ਨਹੀਂ ਰੱਖਣ ਯੋਗ ਤਾਂ ਮੈਨੂੰ ਤੁਸੀਂ ਨਾ ਕਰ ਦਿਓ। ਅਸੀਂ ਇਹ ਕਹਿੰਦੇ ਕਿ ਕਹਿੰਦੇ ਫੋਟੋ ਨੂੰ ਅਸੀਂ ਮੰਨਦੇ ਨਹੀਂ, ਅਸੀਂ ਮੰਨ ਲੈਂਦੇ ਕਿ ਫੋਟੋ ਨੂੰ ਤੁਸੀਂ ਨਹੀਂ ਮੰਨਦੇ, ਬਾਬੇ ਨਾਨਕ ਦੀ ਫੋਟੋ ਚੌਲ ਦੇ ਦਾਣੇ 'ਤੇ ਬਣੀ ਤੁਸੀਂ ਨਾ ਮੰਨੋ, ਪਰ ਜਿਹੜੇ ਮੈਂ ਸ਼ਬਦ ਲਿਖੇ ਨੇ ਬਾਣੀ ਲਿਖੀ ਹੈ ਉਹਨੂੰ ਤਾਂ ਮੰਨ ਸਕਦੇ ਜੇ ਨਾ। ਮੈਂ ਤਾਂ ਅਪੀਲ ਇਹ ਕਰਦਾ ਕਿ ਜਦੋਂ ਵੀ ਕੋਈ ਸਿੱਖ ਦੀ ਮੈਂ ਗੱਲ ਨਹੀਂ ਕਰਦਾ, ਕੋਈ ਵੀ ਇਨਸਾਨ ਆ ਜਦੋਂ ਕੋਈ ਇਹੋ ਜਿਹਾ ਸਮਾਨ ਬਣਾਉਂਦਾ ਹੈ ਕਿ ਜਿਹੜਾ ਧਰਮ ਦੇ ਨਾਲ ਜੁੜਿਆ ਹੋਵੇ ਅਤੇ ਕਿਸੇ ਵੀ ਧਰਮ ਦਾ ਹੋਵੇ, ਉਹ ਜਿਹੜੇ ਧਰਮ ਵਾਲੇ ਨੇ ਉਹਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਪਿਆਰ ਹਿੰਮਤ ਦੇਣ। ਜਿਹੜੀ ਹਿੰਮਤ ਆ ਪੈਸੇ ਨਾਲ ਨਹੀਂ ਹੁੰਦੀ, ਹਿੰਮਤ ਮੋਢੇ 'ਤੇ ਬੰਦਾ ਹੱਥ ਰੱਖ ਕੇ ਕਹੇ ਕਿ ਪਰਵਾਹ ਕੋਈ ਨਹੀਂ ਯਾਰ ਤੂੰ ਬਹੁਤ ਸੋਹਣਾ ਕੰਮ ਕੀਤਾ, ਜਿਹੜੀ ਸ਼ਾਬਾਸ਼ੀ ਹੁੰਦੀ ਨਾ ਉਹ ਬਹੁਤ ਅੱਗੇ ਲੈ ਜਾਂਦੀ ਹੈ।